ਸਤਿ ਸ਼੍ਰੀ ਅਕਾਲ ਜੀ। ਅੱਜ ਲੈ ਕੇ ਹਾਂ 28 ਜੁਲਾਈ ਦੀ ਜਿਹੜੀ ਮੋਰਨਿੰਗ ਸ਼ਿਫਟ ਆ ਉਹਦੇ ਕੁਸ਼ਚਨਸ। ਸਭ ਤੋਂ ਪਹਿਲਾ ਕੁਸ਼ਚਨ ਸੀਗਾ, ਸ਼ਿਸਮਾ ਡੈਮ ਕਿਹੜੇ ਜ਼ਿਲ੍ਹੇ 'ਚ ਆਉਂਦਾ? ਮੋਹਾਲੀ। ਫਸਟ ਵੂਮੈਨ ਆਫਿਸਰ ਇਨ ਰੋਡ ਲਾਈਨ ਕੰਸਟਰਕਸ਼ਨ ਕੌਣ ਹੈ? ਵਿਸ਼ਾਲੀ ਹਿਵਾਸੇ। ਲਿਟਰੇਸੀ ਰੇਟ ਪੁੱਛੀ ਹੋਈ ਸੀਗੀ, ਟੋਟਲ ਹੈਗੀ 75.84, ਮੇਲ 80.44 ਅਤੇ ਫੀਮੇਲ 70.73। ਫਿਰ ਇੱਕ ਕੁਸ਼ਚਨ ਆਇਆ ਸੀ, ਕਾਰਕ ਕਿੰਨੀ ਤਰ੍ਹਾਂ ਦੇ ਹੁੰਦੇ ਹਨ? 8। ਫਿਰ ਕੁਸ਼ਚਨ ਆਇਆ ਸੀ, 19 ਅਗਸਤ 2022 ਨੂੰ ਕ੍ਰਿਸ਼ਨਾ ਕੁੰਜ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮਦਿਨ ਮੌਕੇ ਕਿਹੜੀ ਸਟੇਟ ਨੇ ਲਾਂਚ ਕੀਤੀ ਸੀ ਇਹ ਸਕੀਮ? ਛੱਤੀਸਗੜ੍ਹ ਦੇ ਰਾਏਪੁਰ ਦੇ ਵਿੱਚ ਭੁਪੇਸ਼ ਬਘੇਲ ਨੇ ਲਾਂਚ ਕੀਤੀ ਸੀ। ਫਿਰ ਆਇਆ ਸੀ, ਇੰਟਰਨੈਸ਼ਨਲ ਪਰਪਲ ਫੈਸਟ ਜਿਹੜਾ ਹੈ ਫਸਟ ਟਾਈਮ ਇੰਡੀਆ ਦੇ ਵਿੱਚ ਕਿੱਥੇ ਹੋਇਆ? ਇਹ ਫੋਰ ਪਰਸਨਸ ਵਿਦ ਡਿਸੇਬਲਡ, ਉਹਨਾਂ ਦੇ ਲਈ ਸੀਗਾ ਇਹ। 8 ਤੋਂ 13 ਜਨਵਰੀ 2024 ਗੋਆ ਦੇ ਵਿੱਚ। ਮੋਰੋਕੋ ਦੇਸ਼ ਦੀ ਜਿਹੜੀ ਗ੍ਰੈਂਡ ਮਸਜਿਦ ਹੈ ਦੀ ਤਰਜ 'ਤੇ ਪੰਜਾਬ 'ਚ ਕਿਹੜੀ ਮਸਜਿਦ ਬਣੀ? ਪਹਿਲੀ ਗੱਲ ਤਾਂ ਉਹ ਸੀਗੀ ਮੋਰੀਸ ਮਸਜਿਦ। ਕਿੱਥੇ ਆ ਇਹ? ਕਪੂਰਥਲਾ। ਕਪੂਰਥਲੇ ਨੂੰ ਮਿੰਨੀ ਪੈਰਿਸ ਆਫ ਪੰਜਾਬ ਕਹਿੰਦੇ ਨੇ, ਅਤੇ ਇਹ ਮਸਜਿਦ ਮਹਾਰਾਜਾ ਜਗਤਜੀਤ ਸਿੰਘ ਜੀ ਨੇ ਬਣਵਾਈ, ਜੋ ਕਿ ਕਪੂਰਥਲਾ ਦੇ ਆਖਰੀ ਮਹਾਰਾਜਾ ਸਨ। ਫਿਰ ਕਿਸ ਰਾਜ ਦੀ ਸਰਕਾਰ ਨੇ ਆਪਣੇ ਰਾਜ ਦੇ ਨਾਗਰਿਕਾਂ ਲਈ ਨੌਕਰੀ ਵਿੱਚ 76% ਰਾਖਵਾ ਕਰਨ ਦਾ ਬਿੱਲ ਪਾਸ ਕੀਤਾ? ਉਹ ਸੀਗਾ ਭਾਈ ਛੱਤੀਸਗੜ੍ਹ। ਠੀਕ ਹੈ ਜੀ। ਫਿਰ ਸੀਗਾ ਅਸ਼ੋਕ ਮਹਿਤਾ ਕਮੇਟੀ ਬਾਰੇ ਪੁੱਛਿਆ ਗਿਆ ਸੀਗਾ, ਇਹਦੇ ਹੈੱਡ ਸੀ ਅਸ਼ੋਕ ਮਹਿਤਾ। ਦਸੰਬਰ 1977 ਦੇ ਵਿੱਚ ਬਣੀ, ਜਨਤਾ ਗੌਰਮੈਂਟ ਨੇ ਬਣਾਈ, ਪੰਜਾਬ ਪੰਚਾਇਤ ਰਾਜ 'ਤੇ ਬਣੀ ਸੀਗੀ ਇਹ। ਇਹਦੀ ਰਿਪੋਰਟ ਅਗਸਤ 1978 ਦੇ ਵਿੱਚ ਸਬਮਿਟ ਹੋਈ, ਜਿਹਦੇ ਵਿੱਚ 132 ਸੁਝਾਅ ਦਿੱਤੇ ਸੀ ਉਹਨਾਂ ਨੇ। ਫਿਰ ਸੀਗਾ, ਮੁਹੰਮਦ ਮੋਮਿਨ ਅਤੇ ਹਾਜੀ ਜਮਾਲ ਦੇ ਮਕਬਰੇ ਕਿੱਥੇ ਹਨ? ਇਹ ਪੁੱਛਿਆ ਗਿਆ ਸੀ ਨਕੋਦਰ ਦੇ ਵਿੱਚ। ਫਿਰ ਆਇਆ ਸੀਗਾ ਵੀ 2023 ਦੇ ਵਿੱਚ ਕਿਸ ਨੇ ਸੈਂਟਰਲ ਵਿਜੀਲੈਂਸ ਕਮਿਸ਼ਨਰ ਦੀ ਸਹੁੰ ਚੁੱਕੀ? ਅਤੇ ਇਹਦਾ ਆਂਸਰ ਸੀਗਾ, ਪ੍ਰਵੀਨ ਕੁਮਾਰ ਸ਼੍ਰੀਵਾਸਤਵ ਜੀ ਨੇ ਸਹੁੰ ਚੁੱਕੀ ਸੀਗੀ। ਫਿਰ ਆਇਆ ਸੀ, 9 ਸਤੰਬਰ 2023 ਦੇ ਵਿੱਚ ਕਿਸ ਰਾਜ ਨੇ ਹਜੂਮੀ ਹਿੰਸਾ ਦੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ? ਮਣੀਪੁਰ। ਫਿਰ ਆਇਆ ਸੀ, ਅਕੈਦਮੀ ਰਤਨ ਅਵਾਰਡ 2023 ਕਿਸ ਨੂੰ ਮਿਲਿਆ? ਸ਼੍ਰੀ ਦਇਆ ਪ੍ਰਕਾਸ਼ ਸਿਨਹਾ, ਇਹਨਾਂ ਨੂੰ ਪਦਮ ਸ਼੍ਰੀ ਵੀ ਮਿਲਿਆ। ਫਿਰ ਆਇਆ ਸਵਦੇਸ਼ ਰਤਨ ਸਕੀਮ, ਸਵਦੇਸ਼ ਦਰਸ਼ਨ ਸਕੀਮ ਇਹ ਆਈ ਸੀਗੀ। ਉਹਨਾਂ ਨੇ ਕਿਹਾ ਸੀ ਇਹ ਕਿਸ ਸਟੇਟ ਦੇ ਵਿੱਚ ਇਹ ਲਾਗੂ ਨਹੀਂ ਹੋਈ? 15 ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਇਹ ਲਾਗੂ ਹੋਈ, ਤਾਂ ਕਮੈਂਟ 'ਚ ਜ਼ਰੂਰ ਦੱਸਿਓ 15 ਸਟੇਟਾਂ ਕਿਹੜੀਆਂ ਕਿਹੜੀਆਂ ਨੇ। ਫਿਰ ਆਇਆ ਜੀ, ਕੌਂਸਲ ਆਫ ਮਿਨਿਸਟਰਸ ਕਿਹੜੇ ਆਰਟੀਕਲ ਵਿੱਚ ਆਉਂਦੇ ਨੇ? 74। ਫਿਰ ਆਇਆ ਸੀ, ਫੰਡਾਮੈਂਟਲ ਰਾਈਟਸ ਨੂੰ ਸੰਵਿਧਾਨ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ? ਪਹਿਲਾਂ ਫਸਟ ਡਰਾਫਟ ਫਰਵਰੀ 1948, ਸੈਕਿੰਡ ਡਰਾਫਟ 17 ਅਕਤੂਬਰ 1948, ਅਤੇ ਫਾਈਨਲ ਥਰਡ ਡਰਾਫਟ 26 ਨਵੰਬਰ 1949। ਮੈਥ ਦੇ ਕੁਸ਼ਚਨ ਸੀਗੇ, ਪ੍ਰੋਫਿਟ ਲੋਸ ਦੇ 2 ਤੋਂ 3, ਫਿਰ ਐਵਰੇਜ ਦਾ 1 ਸੀਗਾ, ਸਿੰਪਲੀਕੇਸ਼ਨ ਸੌਖੀ ਸੀਗੀ 2 ਤੋਂ 3, ਰੇਸ਼ੋ ਐਂਡ ਪ੍ਰਪੋਰਸ਼ਨ 2 ਤੋਂ 3, ਮਿਲਕ ਅਤੇ ਵਾਟਰ ਵਾਲੇ ਕੁਸ਼ਚਨ ਸੀਗੇ, ਟਾਈਮ ਅਤੇ ਵਰਕ ਦੇ 2 ਤੋਂ 3 ਕੁਸ਼ਚਨ ਸੀਗੇ, ਅਤੇ ਇਹਦੇ ਵਿੱਚ ਅਲਟਰਨੇਟ ਡੇਜ਼ ਵਾਲਾ ਕੁਸ਼ਚਨ ਸੀਗਾ। ਅਲਟਰਨੇਟ ਇਹ 1 ਦਿਨ ਕੰਮ ਕਰਦਾ, 20 ਦੂਜੇ ਦਿਨ ਆ ਜਾਂਦਾ, ਫਿਰ ਤੀਜੇ ਦਿਨ ਸੀ ਆ ਜਾਂਦਾ, ਇੱਦਾਂ। ਫਿਰ DI ਦਾ ਕੁਸ਼ਚਨ ਸੀਗਾ 1। ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।